ਹਾਂਜੀ ਸੁੱਚਾ ਸੂਰਮਾ ਮੂਵੀ ਦੇ ਕੁਛ ਫਿਲਮ ਦੇ ਪਿੱਛੇ ਦੇ ਜਿਹੜੇ ਕਿਰਦਾਰ ਹੈਗੇ ਆ ਉਹ ਕਈ ਵਾਰੀ ਕੈਮਰੇ ਦੇ ਅੱਗੇ ਆਉਣੋਂ ਰਹਿ ਜਾਂਦੇ ਹੈਗੇ ਆ ਅਤੇ ਉਹ ਕਿਰਦਾਰ ਸਾਡੇ ਨਾਲ ਨੇ ਬਾਈ ਹੋਰਾਂ ਨੇ ਗੱਤਕੇ ਦਾ ਬਾਈ ਹੋਰੇ ਆਪ ਹੀ ਦੱਸਣਗੇ ਵੀ ਉਹਨਾਂ ਨੇ ਕੀ ਕੀਤਾ ਹੈਗਾ ਫਿਲਮ ਦੇ ਵਿੱਚ ਬਾਈ ਜੀ ਕੀ ਕੁਛ ਹੈਗੀਆਂ ਤੁਹਾਡੀਆਂ ਸੇਵਾਵਾਂ ਇਸ ਫਿਲਮ ਦੇ ਵਿੱਚ? ਐਕਚੁਅਲ 'ਚ ਅਸੀਂ ਮੈਂ ਇਕੱਲਾ ਨਹੀਂ ਸੀਗਾ, ਸਾਡੀ ਟੀਮ ਸੀ ਪੂਰੀ ਗੱਤਕੇ ਦੀ ਜਿਹੜੇ ਅਸੀਂ ਗੱਤਕਾ ਸ਼ੁਰੂ ਤੋਂ ਕਰਦੇ ਆਏ ਹਾਂ। ਜਦੋਂ ਸਾਨੂੰ ਬੁਲਾਇਆ ਗਿਆ ਸੀਗਾ, ਇੱਕ ਸਾਡੇ ਜਿਵੇਂ ਕਹਿ ਲਓ ਮਾਸਟਰ ਕਹਿ ਲਓ ਜਾਂ ਜਿਹੜੇ ਸਾਡੇ ਉੱਪਰ ਸੀਨੀਅਰ ਨੇ ਸ਼ੇਰਾ, ਉਹਨਾਂ ਨੂੰ ਫੋਨ ਕੀਤਾ ਗਿਆ ਸੀ ਕਿਵੇਂ ਕਰਕੇ ਇੱਕ ਫਿਲਮ ਆ ਰਹੀ ਹੈ, ਪੀਰੀਅਡ ਫਿਲਮ ਆ ਜਿਸ 'ਚ ਗੱਤਕਾ ਦਿਖਾਉਣਾ, ਪੁਰਾਣੀ ਫਾਈਟ ਦਿਖਾਉਣੀ ਹੈ ਡਾਂਗਾਂ ਵਾਲੀ। ਤਾਂ ਕਿਉਂਕਿ ਅਸੀਂ ਕਰਦੇ ਰਹਿੰਦੇ ਸੀ ਪਹਿਲਾਂ ਵੀ, ਅਸੀਂ ਗੱਤਕਾ ਕੀਤਾ ਹੋਇਆ ਹੈ। ਅਤੇ ਫਿਰ ਅਸੀਂ ਉੱਥੇ ਗਏ ਸੀਗੇ, ਬੱਬੂ ਮਾਨ ਜਾਂ ਕੁੱਕਰ ਜਿਵੇਂ ਜੱਗ ਭਾਈ ਨਾਲ ਜਿਹੜਾ ਵੀ ਕਿਰਦਾਰ ਨਿਭਾਇਆ, ਉਹ ਜਿਹੜੀ ਸਾਰੀ ਫਾਈਟ ਆ ਉਹ ਆਪਾਂ ਹੀ ਸਾਰੀ ਨਰੇਟ ਕੀਤੀ ਆ। ਤਾਂ ਬੜਾ ਮਜ਼ਾ ਆਇਆ ਫਿਲਮ ਕਰਕੇ। ਆ ਫਿਲਮ ਬਹੁਤ ਟਾਈਮ ਪਹਿਲਾਂ ਸ਼ੂਟ ਕੀਤੀ ਹੋਈ ਸੀ, ਪਰ ਅੱਜ ਵੀ ਐਂ ਲੱਗਦਾ ਕਿ ਕੱਲ੍ਹ ਦੀ ਗੱਲ ਹੋਵੇ ਜਿਵੇਂ, ਹੈ ਨਾ। ਅਤੇ ਜੱਗ ਭਾਜੀ ਵੀ ਸਾਡੇ ਨਾਲ ਜੁੜੇ ਹੋਏ ਸੀ ਕਾਫੀ ਟਾਈਮ ਤੋਂ, ਅਤੇ ਅਸੀਂ ਵੀ ਹੁਣ ਫਿਲਮ ਦੇਖਣ ਜਾ ਰਹੇ ਹਾਂ ਜੀ। ਸਾਨੂੰ ਖੁਦ ਨੂੰ ਟਿਕਟ ਨਹੀਂ ਮਿਲੀ, ਸਵੇਰ ਦਾ ਅਸੀਂ ਦੇਖ ਰਹੇ ਹਾਂ ਵੀ ਕਿਹੜੀ ਸੀਟ ਖਾਲੀ ਆ, ਕੋਈ ਸੀਟ ਖਾਲੀ ਨਹੀਂ ਮਿਲੀ। ਅਤੇ ਹੁਣ ਚਲੋ ਬਾਬਾ ਸੁੱਖ ਰੱਖੇ, ਫਿਲਮ ਦੇਖਦੇ ਹਾਂ ਕਿਵੇਂ ਆ ਫਿਲਮ ਕਿਵੇਂ ਨਹੀਂ, ਸਾਨੂੰ ਆਪ ਨੂੰ ਹੁਣ ਦੇਖਣ ਨੂੰ ਪਤਾ ਲੱਗੇਗਾ। ਬੱਬੂ ਮਾਨ ਹੋਰਾਂ ਨੂੰ ਉਸਤਾਦ ਕਿਹਾ ਜਾਂਦਾ ਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਐਡਮਾਇਰ ਕਰਦੇ ਹੈਗੇ ਆ, ਅਤੇ ਉਹਨਾਂ ਨੂੰ ਸਿਖਾਉਣਾ ਗੱਤਕਾ, ਉਹ ਕਿਹੋ ਜਿਹਾ ਤੁਹਾਡਾ ਰਿਹਾ? ਬਹੁਤ ਅੱਛਾ ਐਕਸਪੀਰੀਅੰਸ ਸੀਗਾ, ਬਹੁਤ ਵਧੀਆ ਐਕਸਪੀਰੀਅੰਸ ਸੀਗਾ। ਅਤੇ ਬੱਬੂ ਮਾਨ ਜੀ ਦੀ ਇੱਕ ਖਾਸ ਗੱਲ ਇਹ ਹੈ ਕਿ ਜਦੋਂ ਉਹ ਸੈੱਟ 'ਤੇ ਨੇ ਤਾਂ ਉਹ ਉਸਤਾਦ ਨਹੀਂ ਹੈਗੇ ਜੀ, ਉਹ ਬੱਬੂ ਮਾਨ ਨਹੀਂ ਹੈਗੇ ਜੀ, ਉਹ ਇੱਕ ਕਰੈਕਟਰ ਆ ਸੁੱਚਾ। ਅਤੇ ਉਹਨਾਂ ਨੇ ਬਹੁਤ ਅੱਛਾ ਨਿਭਾਇਆ, ਅਤੇ ਜੋ ਉਹਨਾਂ ਨੂੰ ਕਿਹਾ ਗਿਆ ਅਮਿਤ ਔਜਮਾਨ ਸਰ ਵੱਲੋਂ ਵੀ ਅਤੇ ਜਿਹੜੇ ਸਾਡੇ ਸਾਰੇ ਗੱਤਕੇ ਵਾਲੇ ਨੇ, ਉਹਨਾਂ ਨੇ ਉੱਦਾਂ ਹੀ ਕਰਿਆ। ਅਤੇ ਉਹਨਾਂ ਨੇ ਐਂ ਨਹੀਂ ਕਿਹਾ ਮੈਂ ਐਂ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ, ਜਿਵੇਂ ਅਸੀਂ ਸਿਖਾਇਆ ਸੀਗਾ ਉਵੇਂ ਉਹਨਾਂ ਨੇ ਸਿੱਖਿਆ ਅਤੇ ਬਾਖੂਬੀ ਨਿਭਾਇਆ। ਤੁਸੀਂ ਦੇਖ ਹੀ ਸਕਦੇ ਹੋ ਜਿਹੜਾ ਇੱਕ ਆਪਾਂ ਦੇਖਦੇ ਹਾਂ ਟ੍ਰੇਲਰ 'ਚ, ਹੈ ਨਾ, ਅਸੀਂ ਜਿਹੜਾ ਘੁੰਮਾ ਕੇ ਜੇ ਉਹ ਗੰਡਾਸਾ ਤੋੜਦੇ ਆ, ਕਿੰਨਾ ਅੱਛਾ ਲੱਗ ਰਿਹਾ ਨਾ ਉਹ। ਅਤੇ ਸਾਨੂੰ ਖੁਦ ਨੂੰ ਇੰਨਾ ਪਤਾ ਨਹੀਂ ਸੀਗਾ ਕਿ ਇੰਨਾ ਸੋਹਣਾ ਦਿਖੇਗਾ, ਪਰ ਚਲੋ ਬਾਬਾ ਜੀ ਦੀ ਕਿਰਪਾ, ਹੈ ਨਾ, ਵੀ ਆਪਾਂ ਸਾਰੇ ਉਹਨਾਂ ਨੂੰ ਸਿਖਾਇਆ, ਚਲੋ ਸਿਖਾਉਣਾ ਤਾਂ ਕੀ ਹੈ, ਅਸੀਂ ਵੀ ਸਿੱਖ ਰਹੇ ਹਾਂ ਜੀ। ਤਾਂ ਅਤੇ ਪਰ ਬੜਾ ਮਜ਼ਾ ਆਇਆ ਫਿਲਮ ਕਰਕੇ। ਅਤੇ ਬੱਬੂ ਮਾਨ ਤਾਂ ਚਲੋ ਆਪਾਂ ਵੀ ਬਹੁਤ ਵੱਡੇ ਫੈਨ ਹਾਂ ਉਹਨਾਂ ਦੇ, ਉਹਨਾਂ ਦੇ ਸਿੰਗਿੰਗ ਦੇ, ਉਹਨਾਂ ਦੀ ਲਿਖਤ ਦੇ, ਅਤੇ ਅਦਾਕਾਰੀ ਵੀ ਜਿੰਨੇ ਕੁ ਫੀਡਬੈਕ ਆਪਾਂ ਨੂੰ ਆ ਰਹੇ ਨੇ ਬਹੁਤ ਸੋਹਣੀ ਅਦਾਕਾਰੀ ਕੀਤੀ ਉਹਨਾਂ ਨੇ। ਬਾਕੀ ਬਾਬਾ ਸੁੱਖ ਰੱਖੇ ਜੀ। ਐਜ਼ ਐਨ ਫੈਨ ਥੋੜ੍ਹੀ ਜਿਹੀ ਝਿਜਕ ਹੁੰਦੀ ਹੈਗੀ ਵੀ ਮੈਂ ਕਿਵੇਂ ਕਹਾਂ ਇਹਨਾਂ ਨੂੰ ਬਈ ਜੀ ਐਂ ਜੀ ਕਰ ਲਓ, ਲੱਗਿਆ ਕੁਛ ਨਹੀਂ? ਗੱਲ ਇਹ ਹੈ ਜੀ, ਉੱਥੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਉਹ ਉਸਤਾਦ ਨਹੀਂ ਸੀ ਉੱਥੇ, ਬੱਬੂ ਮਾਨ ਨਹੀਂ ਸੀ, ਉਹ ਜਿਵੇਂ ਅਸੀਂ ਕਿਹਾ ਸੀ ਉਵੇਂ ਉਹਨਾਂ ਨੇ ਕੀਤਾ, ਹੈ ਨਾ। ਅਤੇ ਬਾਕੀ ਬਹੁਤ ਡਾਊਨ ਟੂ ਅਰਥ ਨੇ, ਬਹੁਤ ਹੀ ਹੰਬਲ ਨੇ, ਅਤੇ ਬਹੁਤ ਹੀ ਤਰੀਕੇ ਨਾਲ ਉਹਨਾਂ ਨੇ ਸਿੱਖਿਆ, ਬੜੀ ਡੈਡੀਕੇਸ਼ਨ ਨਾਲ ਸਿੱਖਿਆ, ਬੜੇ ਤਰੀਕੇ ਨਾਲ ਸਿੱਖਿਆ, ਅਤੇ ਜੋ ਸਿਖਾਇਆ ਸੀ ਬਾਖੂਬੀ ਉਵੇਂ ਕੀਤਾ। ਅਤੇ ਸਾਨੂੰ ਬੜਾ ਅੱਛਾ ਲੱਗਿਆ, ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕੀਤੀ, ਬੜਾ ਟਾਈਮ ਸਪੈਂਡ ਕੀਤਾ, ਅਤੇ ਬਾਕੀ ਬਹੁਤ ਵਧੀਆ ਰਿਹਾ ਐਕਸਪੀਰੀਅੰਸ। ਬਹੁਤ ਧੰਨਵਾਦ ਬਾਈ ਜੀ, ਅਤੇ ਇੱਦਾਂ ਹੀ ਸੇਵਾਵਾਂ ਦਿੰਦੇ ਰਹੋ ਤੁਸੀਂ ਸਾਡੀ ਫਿਲਮ ਇੰਡਸਟਰੀ ਨੂੰ।